ਐਸਐਚਓ ਸਾਹਿਬ ਖੜੇ ਆ, ਇਹਨਾਂ ਨੇ ਥੱਪੜ ਮਾਰਿਆਗਾ। ਹਾਂ ਥੱਪੜ ਮਾਰਿਆ, ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ, ਆਪਣੀ ਲੇਡੀਜ਼ ਤੇ ਥੱਪੜ ਮਾਰਿਆਗਾ ਜੀ। ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਠਿੰਡਾ ਦੇ ਕਸਬਾ ਨਥਾਣਾ ਤੋਂ ਸਾਹਮਣੇ ਆਈਆਂ ਨੇ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀਆਂ ਸਣੇ ਔਰਤਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਆਪਸੀ ਝੜਪ ਹੁੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਜਿੱਥੇ ਕੁਝ ਔਰਤਾਂ ਪੁਲਿਸ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਕਰਦੀਆਂ ਨਜ਼ਰ ਆ ਰਹੀਆਂ ਨੇ, ਉੱਥੇ ਹੀ ਇੱਕ ਪੁਲਿਸ ਮੁਲਾਜ਼ਮ ਇੱਕ ਔਰਤ ਦੇ ਥੱਪੜ ਮਾਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਕੀ ਇਹ ਪੂਰਾ ਮਾਮਲਾ, ਇਹ ਵੀ ਦੱਸ ਦਿੰਦੇ ਹਾਂ, ਪਹਿਲਾਂ ਦੇਖੋ ਤੁਸੀਂ ਇਹ ਪੂਰੀ ਵੀਡੀਓ। ਪ੍ਰਸ਼ਾਸਨ ਨਾ ਲੱਗਦਾ ਡਿਲੀਟ ਕਰ ਦੇ। ਅਸੀਂ ਪੰਜਾਬ ਚ ਦੇਖੋ ਸਾਥੀਓ, ਧੱਕੇਸ਼ਾਹੀ ਕਰ ਰਹੀ ਹੈ ਪੁਲਿਸ ਇੱਥੇ ਆ ਕੇ। ਸਾਥੀਓ ਧੱਕੇਸ਼ਾਹੀ ਚੱਲ ਰਹੀ ਹੈਗੀ, ਧੱਕੇਸ਼ਾਹੀ ਚੱਲ ਰਹੀ ਹੈ ਜੀ, ਧੱਕੇਸ਼ਾਹੀ। ਆਹ ਦੇਖੋ ਪੁਲਿਸ ਪ੍ਰਸ਼ਾਸਨ ਧੱਕਾ ਕਰ ਰਿਹਾ ਜੀ, ਧੱਕਾ ਕਰ ਰਿਹਾ, ਧੱਕਾ। ਸਾਡਾ ਏਕਾ ਜਿੰਦਾਬਾਦ, ਸਾਡਾ ਏਕਾ ਜਿੰਦਾਬਾਦ। ਧੱਕੇਸ਼ਾਹੀ ਨਹੀਂ ਚੱਲੇਗੀ, ਧੱਕੇਸ਼ਾਹੀ ਨਹੀਂ ਚੱਲੇਗੀ, ਧੱਕੇਸ਼ਾਹੀ ਨਹੀਂ ਚੱਲੇਗੀ, ਧੱਕੇਸ਼ਾਹੀ ਨਹੀਂ ਚੱਲੇਗੀ। ਪੁਲਿਸ ਪ੍ਰਸ਼ਾਸਨ ਮਰਦਾਬਾਦ, ਧੱਕੇਸ਼ਾਹੀ ਨਹੀਂ ਚੱਲੇਗੀ। ਹਾਂ ਆਹ ਐਸਐਚਓ ਸਾਹਿਬ ਖੜੇ ਆ, ਇਹਨਾਂ ਨੇ ਥੱਪੜ ਮਾਰਿਆਗਾ। ਹਾਂ ਥੱਪੜ ਮਾਰਿਆ, ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ, ਆਪਣੀ ਲੇਡੀਜ਼ ਤੇ ਥੱਪੜ ਮਾਰਿਆਗਾ ਜੀ। ਮੈਂ ਸਾਰੀ ਸਫਾਈ ਸੇਵਕ ਯੂਨੀਅਨ ਪੰਜਾਬ ਨੂੰ ਬੇਨਤੀ ਕਰਦਾ ਗਾ, ਸੋਨੀ ਸਿੰਘ ਨਥਾਣਾ, ਜਨਰਲ ਸਕੱਤਰ ਡਿਸਟ੍ਰਿਕਟ ਬਠਿੰਡਾ, ਆਪਣੀ ਲੇਡੀਜ਼ ਦੇ ਇਹਨਾਂ ਨੇ ਥੱਪੜ ਮਾਰਿਆਗਾ। ਇਹ ਧੱਕੇਸ਼ਾਹੀ ਚੱਲ ਰਹੀ ਹੈ ਨਥਾਣੇ ਦੇ ਵਿੱਚ। ਆਹ ਦੇਖੋ ਸਾਥੀਓ, ਧੱਕਾ ਕਰ ਰਹੇ ਆ ਇੱਥੇ। ਘਟੀਆ MLA ਕੋਟ ਪਾਈ ਆ, ਉਹ ਕਹਿੰਦਾ ਮੀਟਿੰਗ ਚੱਲੀ ਜਾਂਦੀ ਹੈ, ਸਪੀਕਰ ਬੰਦ ਕਰੋ। ਇਹਨਾਂ ਨੇ ਥੱਪੜ ਮਾਰਿਆਗਾ ਲੇਡੀਜ਼ ਦੇ, ਆਪਣੀ ਲੇਡੀਜ਼ ਦੇ। ਪ੍ਰਧਾਨ ਜੀ ਛੇਤੀ ਤੋਂ ਛੇਤੀ ਨਥਾਣੇ ਪਹੁੰਚੋ, ਹੁਣ ਇਹ ਥਾਣੇ ਦਾ ਘਿਰਾਓ ਕਰਾਂਗੇ, ਹੁਣ ਪੁਲਿਸ ਪ੍ਰਸ਼ਾਸਨ ਦਾ ਘਿਰਾਓ ਕਰਾਂਗੇ। ਸਾਥੀਓ ਇਹਨਾਂ ਨੇ ਥੱਪੜ ਮਾਰਿਆਗਾ। ਆਹ ਦੇਖੋ ਨਗਰ ਪੰਚਾਇਤ ਨਥਾਣਾ ਦੇ ਦਫ਼ਤਰ ਵਿੱਚ। ਦਰਅਸਲ ਕਸਬਾ ਨਥਾਣਾ ਦੇ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪੰਚਾਇਤ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ। ਇਸ ਦੌਰਾਨ ਹਲਕਾ ਵਿਧਾਇਕ ਅਫਸਰਾਂ ਨਾਲ ਜਦੋਂ ਮੀਟਿੰਗ ਕਰਨ ਲਈ ਦਫ਼ਤਰ ਪਹੁੰਚੇ ਤਾਂ ਉੱਥੇ ਹੀ ਸਫਾਈ ਕਰਮਚਾਰੀ ਧਰਨੇ ਦੌਰਾਨ ਸਪੀਕਰ ਲਗਾ ਕੇ ਨਾਅਰੇਬਾਜ਼ੀ ਕਰ ਰਹੇ ਸੀ। ਅਜਿਹੇ 'ਚ ਜਦੋਂ SHO ਵੱਲੋਂ ਸਫਾਈ ਕਰਮਚਾਰੀਆਂ ਤੋਂ ਸਪੀਕਰ ਦੀ ਪਰਮਿਸ਼ਨ ਮੰਗੀ ਗਈ ਤਾਂ ਇਲਜ਼ਾਮ ਲੱਗ ਰਹੇ ਨੇ ਕਿ SHO ਵੱਲੋਂ ਸਪੀਕਰ ਨੂੰ ਪੁੱਟ ਕੇ ਸੁੱਟ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਸਾਰਾ ਹੰਗਾਮਾ ਸ਼ੁਰੂ ਹੋਇਆ। ਦੱਸਦੇ ਕਿ ਇਸ ਦੌਰਾਨ ਸਫਾਈ ਕਰਮਚਾਰੀਆਂ ਵੱਲੋਂ ਵਿਰੋਧ ਵਜੋਂ MLA ਪ੍ਰੀਤਮ ਕੋਟ ਭਾਈ ਦੇ ਘਰ ਦਾ ਘਿਰਾਓ ਕੀਤਾ ਗਿਆ, ਜਿਸ ਤੋਂ ਬਾਅਦ SHO ਨੇ ਸਫਾਈ ਕਰਮਚਾਰੀਆਂ ਤੋਂ ਮੁਆਫ਼ੀ ਮੰਗੀ ਅਤੇ ਮਾਮਲਾ ਸ਼ਾਂਤ ਕਰਵਾਇਆ ਗਿਆ। ਦੱਸਦੀ ਕਿ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਬਠਿੰਡੇ ਤੋਂ ਪਰਵਿੰਦਰਜੀਤ ਸਿੰਘ, ਪੰਜਾਬੀ ਲੋਕ ਚੈਨਲ।